ਸਤਿ ਸ਼੍ਰੀ ਅਕਾਲ ਵੀਰੇ, ਜਗਦੀਪ ਡੇਅਰੀ ਫਾਰਮ 'ਤੇ ਵੈਲਕਮ ਹੈ ਜੀ। ਅੱਜ ਫਿਰ ਆਪਾਂ ਤੋਕੜਾ ਗੱਬਣਾ ਦਾ ਲੋਟ ਲੈ ਕੇ ਆਏ ਹਾਂ, ਅਤੇ ਉਹ ਜਿਹੜੀਆਂ ਤੋਕੜਾ ਗੱਬਣਾ ਨੇ ਜਿਹੜੀਆਂ ਆਪਣੇ ਚੈਨਲ 'ਤੇ ਆਪਣੇ ਫਾਰਮ 'ਤੇ 20-20 ਕਿਲੋ ਦੁੱਧ ਕਢਾ ਕੇ ਗਈਆਂ ਨੇ ਜਿਹੜੀਆਂ, ਅਤੇ ਬਹੁਤ ਸੋਹਣੀਆਂ ਅਤੇ ਝੋਟੀਆਂ ਆਪਾਂ ਅੱਜ 6 ਦਿਖਾ ਲਾਂਗੇ ਤੁਹਾਨੂੰ। ਅਤੇ ਬਾਕੀ ਕਰਦੇ ਹਾਂ ਜਗਦੀਪ ਹੁਣ ਆਪਾਂ ਜੀ ਉਹਨਾਂ ਨਾਲ ਗੱਲਬਾਤ, ਅਤੇ ਬਹੁਤ ਸੋਹਣੀ ਇੱਕ ਵਾਰੀ ਥਾਣ ਥੂਣ ਆਰਡਰ ਉਰਡਰ ਦੀ ਕੁਆਲਿਟੀ ਦਿਖਾ ਦਿੰਦੇ ਹਾਂ ਤੁਹਾਨੂੰ ਫਿਰ, ਅਤੇ ਬਾਕੀ ਕਰਦੇ ਹਾਂ ਬਾਈ ਜੀ ਉਹਨਾਂ ਨਾਲ ਗੱਲ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਕੀ ਸਭ ਤੋਂ ਵੀਰੇ ਜਗਦੀਪ ਡੇਅਰੀ ਫਾਰਮ ਵੇਖਣ ਵਾਲਿਆਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਵੀਰੇ, ਹਾਂਜੀ ਹਾਂਜੀ, ਸਾਨੂੰ ਇੰਨਾ ਮਾਣ ਅਤੇ ਵੀਰ ਪਿਆਰ ਬਖਸ਼ਿਆ। ਅਤੇ ਬਾਕੀ ਨਾ ਅੱਜ ਸਾਡੇ ਕੋਲ ਜਿਹੜੀਆਂ ਵੀ ਝੋਟੀਆਂ ਮਤਲਬ ਅੱਜ ਵੀਡੀਓ ਦੇ ਵਿੱਚ ਲੱਗੀਆਂ ਪਾਉਣ, ਅੱਜ ਤੋਹਫੇ ਹੀ ਆ ਗਏ ਤੋਹਫੇ ਹੀ ਬਾਈ। ਤੋਕੜਾ ਕੱਪੜਾ ਮੇਰੀ ਖਾਸ ਤਾਂ ਬੜੀ, ਤੋਕੜਾ ਕੱਪੜਾ ਵੀ ਟੌਪ ਕਲਾਸ। ਹਾਂਜੀ ਹਾਂਜੀ, ਮਤਲਬ ਆਹ ਬੁਰੀ ਝੋਟੀ ਹੈ ਵੀਰੇ। ਹਾਂਜੀ, ਗੱਲ ਕਰੀਏ ਹਾਂਜੀ, ਘੜੀ ਵਿੱਚ ਕੋਈ ਸਾਡੇ ਕੋਲ 2 ਡੰਗ 3 ਡੰਗ ਮਿਲੇ ਦੁੱਧ, 14 ਕਿਲੋ ਪਰ 13 ਕਿਲੋ ਦੀ ਓੜ, 14 ਕਿਲੋ ਦੁੱਧ, 14 ਕਿਲੋ 13 ਕਿਲੋ ਦੀ ਓੜ ਦੇਵਾਂਗੇ, ਜਮਾਂ ਐ ਥਾਪੀ ਤੇ ਮਿਲਦੀ ਆ। ਠੀਕ ਹੈ ਜੀ। ਤੇ 1.5 ਮਹੀਨੇ ਦੀ ਭਾਈ ਗੱਬਣਿਆ, ਹਾਲੀ ਚੈੱਕ ਪਾਸ ਦੀ ਗਰੰਟੀ ਨਹੀਂ ਆ, 100% ਮੈਂ ਗੱਬਣਿਆ ਭਾਈ। ਅੱਛਾ ਜੀ, ਅਜੇ ਵੀ ਗਰੰਟੀ ਨਹੀਂ ਹੈ ਵੀ 100% ਉਦਾਂ ਗੱਬਣਿਆ, ਮੈਂ ਗੱਬਣੇ ਵੀਰੇ ਦੇ। ਠੀਕ ਹੈ, ਹੈਗਾ ਬਣੀ ਨੂੰ ਤੇ ਦੁੱਧ 14 ਕਿਲੋ ਔਰ 13 ਕਿਲੋ ਦੀ ਓੜ ਦੇਵਾਂਗੇ, 3 ਕਿਲੋ ਦੀ ਗਾੜੀ ਗਾੜੀ ਆ। ਹਾਂਜੀ ਹਾਂਜੀ, ਪੂਰੀ ਉਹ ਝੋਟੀ ਆ ਜਿਹੜੀ ਤਿਲਾਂ ਦੇ ਵਿੱਚ ਸਾਡੇ ਚੈਨਲ ਦੇ ਉੱਤੇ ਪਰਮਾਤਮਾ ਜੀ ਵੀਰੇ ਸਾਡੇ ਚੈਨਲ ਤੇ ਮਾਰੇ ਵੇਖ ਝੋਟੀ ਵੇਖੀ ਗਈ ਜਿਹੜੀ ਹਲਕਾ ਨਾਲ। ਠੀਕ ਹੈ ਜੀ, ਤੇ ਇਹ ਖੋਲਿਆ ਬਾਈ ਜੀ ਮਾੜੀ ਜੀ, ਜਿਹਨਾਂ ਨੂੰ ਆਪਾਂ ਤਿਲਾਂ ਵਾਲੀ ਬੁਰੀ ਕਿਹਨੇ ਵੀਰੇ, ਤਿਲਾਂ ਵਾਲੀ ਬੁਰੀ ਆ ਗਈ ਜੋ ਆਪਣੇ ਫਾਰਮ ਤੇ, ਇੱਕ ਹੱਡੀ ਵਾਲੀ, ਤੇ ਬਾਕੀ ਆਪਾਂ ਆਰਡਰ ਦੀ ਕੁਆਲਿਟੀ ਦਿਖਾ ਦਿੰਦੇ ਹਾਂ ਤੁਹਾਨੂੰ, ਥਣ ਚੱਡਾ ਦਿਖਾ ਦਿੰਦੇ ਹਾਂ। ਬਹੁਤ ਸੋਹਣਾ ਲੱਗਾ, ਮਿਲਕ ਪੁਆਇੰਟ ਵੀ ਬਹੁਤ ਸੋਹਣੀ ਲੱਗੀ ਆ, ਬਾਕੀ ਜਿੰਨੀ ਵੀ ਹੈਗੀ ਨਾ ਤੇ ਬਾਕੀ ਜਿੰਨੀ ਵੀ ਟੌਪ ਕਲਾਸ ਜਿਹਨੂੰ ਕਹਿ ਦਿੰਦੇ ਆ। ਤੇ ਮੋੜ ਦੋ ਵੀਰ ਜੀ, ਮੋੜ ਦੋ ਵੀਰ ਜੀ, ਬਾਕੀ ਸਿਰ ਤੋਂ ਲੈ ਕੇ ਪੈਰਾਂ ਤੱਕ ਐਂ ਸਿੰਗ ਸੁੰਗ ਐਂ ਦਿਖਾ ਦਿੰਦੇ ਆ, ਚੈਂਪੀਅਨ ਜਿਹਨੂੰ ਸਿਰਾ ਕਹਿ ਦਿੰਦੇ ਬਾਈ ਜੀ। ਹਾਂਜੀ 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 ਵੀਰੇ ਦੀਆਂ, ਜਿਹਨੂੰ ਸਿਰਾ ਕਹਿੰਦੇ ਆ। ਅੱਜ ਤੇ ਮੈਂ ਨਾ ਤੁਸੀਂ ਤੋਹਫੇ ਹੀ ਕੱਢੇ ਆ ਦੇ, ਮੈਂ ਨਾ ਪਰਮਾਤਮਾ ਦੀ ਵੀਰੇ ਉਹ ਝੋਟੀ ਆਪਾਂ ਖਾਸ ਕਰਕੇ ਪਾਈ ਦੀ ਜਿਹੜੀ ਸਾਡੇ ਕੋਲ ਆਪਣੇ ਆਪਣੇ ਤੇ ਵੇਖ ਕੇ ਗਈ ਹੋਵੇ ਤੇ ਨਹੀਂ। ਹਾਂਜੀ ਹਾਂਜੀ, ਇਹ ਦੁੱਧ ਬਾਈ ਇਹਨੇ 20 ਕਿਲੋ ਕਢਾ ਕੇ ਗਈ ਹੈ ਝੋਟੀ ਦਾ। ਠੀਕ ਹੈ ਜੀ, ਅੱਜ ਦੀ ਗੱਲ ਕਰੀਏ ਸੱਕ ਜਦੋਂ ਡੰਗ 3 ਡੰਗ ਜਿੱਦਾਂ ਕੋਈ ਮਰਜ਼ੀ ਮਰਜ਼ੀ ਦੁੱਧ ਭਾਈ 13 ਕਿਲੋ। ਹਾਂਜੀ ਹਾਂਜੀ, ਤੇ ਬਾਕੀ ਆਪਾਂ ਭਾਈ ਕਰ ਲਈਏ ਜਗਦੀਪ ਭਾਈ ਮਿਲਕ ਪੁਆਇੰਟ ਦੀ ਗੱਲ, ਭਾਈ ਮਿਲਕ ਪੁਆਇੰਟ HF ਗਾਈਆਂ ਕੋ ਲੱਗੀ ਦੋਨੋਂ ਪਾਸੇ ਜਿਹੜੀ ਗੱਲ ਕਰਦੇ ਆ, ਉਹਦੀ ਮੋਟਰ ਕਿਹਨੂੰ ਕਹਿ ਦਿੰਦੇ ਆ ਉਹ ਲੱਗੀ ਹੈਗੀ ਥੱਲੇ ਉਹਦੇ ਵੀਰੇ, ਤੇ ਮੈਂ ਨਾ ਵੀ ਜਿਹਨੂੰ ਭਾਈ ਮਿਲਕ ਪੁਆਇੰਟ ਮੈਂ ਨੂੰ ਚੰਗੀ ਲੱਗੀ ਉਹ ਵੀ ਤਾਂ ਹਾਂਜੀ, ਮੈਂ ਦੁੱਧ ਵੀ ਭਾਈ ਉਹ ਹੀ ਦੇ ਸਕਦੀ ਜਿਹੜੀ। ਹਾਂਜੀ ਹਾਂਜੀ, ਇਹ ਤੇ ਗੱਲ ਸਹੀ ਹੈ, ਬਾਕੀ ਕੀਮਤ ਦੀ ਗੱਲ ਕਰੀਏ ਵੀਰੇ। ਹਾਂਜੀ, ਛੋਟੀ ਦਾ ਮੁੱਲ ਤੇ ਭਾਈ ਜਿੰਨਾ 14 ਕਿਲੋ ਮਤਲਬ ਬਿਲਕੁਲ ਛੋਟਾ ਜਿਹਾ ਹੀ, ਇਹ 1,25,000 ਦੀ ਦੇ ਦਾਂਗੇ ਵੀਰੇ, ਮਾਨ ਤਾਣ 2,000-2,000 ਦਾ ਕਰ ਦਾਂਗੇ, ਮੈਂ ਨਾ 5 ਹੀ ਜਾਣ ਦੋ। ਚਲੋ ਜੇ ਕਹਿਤਾ ਵੀਰੇ ਕੋਈ ਨਹੀਂ, 1,20,000 ਦੀ ਦੇ ਦਾਂਗੇ ਟੌਪ ਕਲਾਸ ਤੋਂ। ਲਓ ਜੀ ਜਿਹੜੀ ਝੋਟੀ ਥੱਲੇ ਐਟਮ ਦੇ ਵੀਰੇ 14 ਕਿਲੋ ਬਾ 13 ਕਿਲੋ ਦੀ ਓੜ ਦਾ ਦੇ ਦਾਂਗੇ ਜਿਹੜਾ ਮਰਜ਼ੀ ਵੀਰੇ। 1,20,000 ਦੀ ਆ ਗਈ ਬੂਰੀ ਕੱਟੀ, ਹਾਂਜੀ ਤਿਲਾਂ ਵਾਲੀ ਭਾਈ ਜੀ, ਤੇ ਤਿਲਾਂ ਵਾਲੀ ਜਿਹਨੂੰ ਕਹਿ ਦਿੰਦੇ ਆ। ਤੇ ਇੱਕ ਵਾਰੀ ਆਪਾਂ ਇੱਕ ਵਾਰੀ ਐ ਥਣ ਚੱਡਾ ਫੇਰ ਦਿਖਾ ਦਿੰਦੇ ਆ ਤੁਹਾਨੂੰ, ਤੇ ਫਲੀਆਂ ਵਰਗੇ ਥਣ ਲੱਗੇ ਬਾਲੇ ਪੂਰੀ ਦਿਖਾ ਦਿੰਦੇ ਆ, ਐ ਨਾੜਾਂ ਵਾਲਾ ਚੱਡਾ ਪਿਆ ਜੋ। ਹਾਂਜੀ ਹਾਂਜੀ ਵੀਰੇ, ਤੇ ਬਾਕੀ ਇੱਕ ਵਾਰੀ ਫੇਰ ਦਿਖਾ ਦਿੰਦੇ ਆ, ਬਾਕੀ ਜਿੰਨੇ ਵੀ ਹੈਗੇ ਫਿਰ ਸਪੈਸ਼ਲ ਐਜ ਦੀ ਕਰ। ਹਾਂਜੀ ਹਾਂਜੀ ਬਾਈ ਜੀ, ਗਾੜੀ ਇਹ 2 ਨੰਬਰ ਤੇ ਝੋਟੀ ਵੀਰੇ, ਇਹ 2 ਅੱਗੇ ਆ ਗਈ ਬਾਈ ਜੀ 2 ਨੰਬਰ ਤੇ, ਪਰਮਾਤਮਾ ਨੇ ਵੀਰੇ ਬਟਾਲੇ ਲਾ ਕੇ ਮੈਂ ਦਿੱਤੀ ਸੀ। ਹਾਂਜੀ, ਸਾਡੇ ਕੋ ਮੈਂ ਦੁੱਧ ਕੱਢ ਕੇ ਗਈ ਆ, 20 ਤੇ 21 ਕਿਲੋ ਦੁੱਧ ਦੇ ਕੇ ਆਈ ਆ। ਠੀਕ ਹੈ ਜੀ, ਇਹ ਅੱਜ ਬਾਈ ਇਹ 5-5.5 ਮਹੀਨੇ ਦੀ ਗੱਬਣਿਆ। ਠੀਕ ਹੈ, 5.5-5 ਮਹੀਨੇ ਦੀ ਗੱਬਣੇ, ਹੁਣ ਵੀ 10-11 ਕਿਲੋ ਦੁੱਧ ਵਿੱਚ ਤਿਆਰ ਆ ਜਿਹੜੀ ਗੱਲ ਕਰਦਾ ਹਾਂ। ਤੇ ਬਾਕੀ ਇਹਨੂੰ ਇੱਥੇ ਐਨੂੰ ਮੜੀ ਮਿਲਕ ਪੁਆਇੰਟ ਭਾਈ ਦਿਖਾਈ, ਮੈਂ ਨਾ ਭਾਜੀ ਉਹੀ ਆਪਾਂ ਦਿਖਾਉਣ ਹੀ ਲੱਗੇ ਆ ਕਿ 2 ਤੋਂ ਵੀ ਤਾਂ ਦੀ ਗੱਲ ਆ, ਮਤਲਬ ਸਿਰ ਮਤਲਬ 6 ਫੁੱਟ ਹਾਈਟ ਹੈ ਵੀਰੇ। ਹਾਂਜੀ, ਤੇ ਪਰਮਾਤਮਾ ਮੇਰ ਰੱਖੇ ਵੀ ਪੱਤਰ ਆਈ ਫੇ ਮੈਂ ਇਹ ਲੱਖ ਤੋਂ ਬਾਹਰ ਗਾਡੇ ਫਾਸਟ ਜੀ ਵੀ ਵੇਖੀ ਗਈ ਮੈਂ ਜਿਹੜੀ ਗੱਲ। ਸਹੀ ਗੱਲ ਆ, ਬਾਕੀ ਆਪਾਂ ਗੱਲ ਕਰ ਲਈਏ ਕਿ ਭਾਜੀ ਆਪਾਂ
ਸਿਰਾ ਹੀ ਲੈਣੇ ਆ ਤੇ ਸਿਰਾ ਹੀ ਕੱਢਦੇ ਆ। ਪਰਮਾਤਮਾ ਵੀਰ ਇਹੋ ਆਪਣੇ ਮਨ ਦੇ ਸ਼ੌਂਕ ਵੀ ਟੌਪ ਜਿਹਨੀ ਲੈਣੀ ਵੀ ਟੌਪ ਕਲਾਸ ਹੀ ਟੌਪ ਕਲਾਸ ਹੀ ਲੈਣੀ ਆ ਕੇ ਤੇ ਜੇ ਟੌਪ ਕਮਾਲੋ ਬਾਈ ਜੀ ਕਮਾਲੋ ਤੇ ਜਲਦੀ ਮਾਲ ਵੀਰ ਵਿਕਰੀ ਹੁੰਦਾ ਜੀ। ਹਾਂਜੀ ਹਾਂਜੀ ਬਾਈ ਜੀ ਬਾਕੀ ਆਪਣੇ ਫਾਰਮ ਤੋਂ ਨਿਕਲ ਕੇ ਗਈਆਂ ਹੁੰਦੀਆਂ ਵਾ ਤੇ ਪਤਾ ਹੁੰਦਾ ਵੀ ਆਪਾਂ ਇੰਨੀ ਨਿਮਕਣ ਕੀਤੀ ਹੁੰਦੀ ਆ ਦੁੱਧ ਚ ਆਇਆ ਹੁੰਦਾ ਵਾ। ਹਾਂਜੀ ਤੇ ਬਾਕੀ ਪਰਮਾਤਮਾ ਰੱਖੇ ਵੀਰੇ ਜਾਇਜ਼ ਰੇਟ ਪਾਵਾਂਗੇ ਮੈਂ ਤਾਂ ਜਿਹੜੀ ਗੱਲ। ਹਾਂਜੀ ਹਾਂਜੀ ਬਾਈ ਜੀ ਇਹ ਬਾਈ ਮੈਂ ਦੇ ਦਾਂਗੇ ਬਾਈ 1,10,000 ਦੀ ਦੇ ਦਾਂਗੇ। ਠੀਕ ਹੈ ਜੀ ਲਓ ਜੀ ਮਿਲਕ ਪੁਆਇੰਟ ਦੋਵੇਂ ਪਾਸੇ ਦਿਖਾ ਦਿੰਦੇ ਆ ਤੁਹਾਨੂੰ HF ਗਾਈਆਂ ਵਾਲੀ ਮਿਲਕ ਪੁਆਇੰਟ ਲੱਗੀ ਆ ਤੇ ਥਣ ਵੀ ਬਹੁਤ ਸੋਹਣੇ ਲੱਗੇ ਨੇ ਤੇ ਸਿੰਗੀ ਵੀ ਮੈਨੂੰ ਬਹੁਤ ਸੋਹਣੀ ਲੱਗੀ। ਇਹਦੀ ਭਾਈ ਕੀਮਤ ਮੈਂ 1,10,000 ਦੀ ਦੇ ਦਾਂਗੇ ਬਾਈ ਜੀ। 1,10,000 ਦੀ 10,000 ਦੀ ਦੇ ਦਾਂਗੇ ਕੋਈ ਯਾਰ ਕੀ ਮਾਨ ਤਾਨ ਭਾਜੀ 1,000-2,000 ਦਾ ਵੀ ਰਹੂਗਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿਹੜੀ ਗੱਲ ਕਰਨਾ ਮੈਂ ਨਾ 1,5 ਦੀ ਜਾਂਦੀ ਏ ਪਰ ਤੱਕਾ ਜੋ ਜਦ ਤੇ ਕਹਿਤਾ ਦਿੱਤਾ ਕਿ ਵੀਰੇ 1,5 ਦੀ ਜਾਂਦੀ ਏ ਵੱਡੀ ਫੁੱਲ ਸਹਿਜ ਆ ਵੀਰ ਮੈਂ ਜਿਹੜੀ ਗੱਲ ਕਰਨ ਵਾਲੀ ਦੱਸੀ। ਚਲੋ ਠੀਕ ਹੈ ਅੱਗੇ 3 ਨੰਬਰ ਤੇ ਆ ਗਈ ਭਾਜੀ ਅੱਗੇ 3 ਨੰਬਰ ਤੇ ਆ ਗਈ ਵੀਰ ਇਹ ਝੋਟੀ ਕੋ ਵੀ 10 ਕਿਲੋ ਦੁੱਧ ਤੋਂ ਜ਼ਿਆਦਾ ਦੁੱਧ ਹੈ ਵੀਰ ਤਿਆਰ ਨਹੀਂ 10 ਕਿਲੋ ਦੁੱਧ ਤੋਂ ਜ਼ਿਆਦਾ ਦੁੱਧ ਤਿਆਰ ਹੈ ਦੁੱਧ ਤਿਆਰ ਵੀਰ ਜਿਹੜੀ ਗੱਲ ਕਰਨੀ ਹੈ ਦੋ ਸਵਾ 2 ਮਹੀਨੇ ਦੀ ਗੱਭਣੇ ਵੀਰੇ ਦਿੰਦੀਆਂ। ਠੀਕ ਹੈ ਭਾਜੀ ਤੇ ਬਾਕੀ ਪ੍ਰਮਾਤਮਾ ਮਿਹਰ ਰੱਖੇ ਵੀਰੇ ਅੱਜ ਵੀ 10 ਕਿਲੋ ਦੁੱਧ ਲਈ ਫਿਰਦੀ ਝੋਟੀ ਜਿਹੜੀ ਗੱਲ ਕਰਨ ਵਾਲੀ ਦਿੰਦੀਆਂ। ਠੀਕ ਹੈ ਜੀ ਬੋਲੋ ਭਾਈ ਜਿਹੜੀ ਗੱਲ ਕਰਨ ਵਾਲੀ ਦਿੰਦੀਆਂ ਕਰੀ ਥਾਣ ਥੁਣ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣਾ ਲੱਗਾ ਥੋੜਾ ਜਿਹਾ ਨਾ ਕੈਮਰੇ ਤੋਂ ਡਰਦੇ ਡੰਗਰ ਥੋੜਾ ਨਾ ਮਾਲ ਅੰਦਰੋਂ ਡੇਰੀ ਤੋਂ ਨਿਕਲ ਕੇ ਆਈਆਂ ਥੋੜਾ ਕੈਮਰੇ ਹਾਂਜੀ ਹਾਂਜੀ ਥੋੜਾ ਜਿਹਾ ਕੈਮਰੇ ਤੋਂ ਮਾਲ ਡਰਦਾ ਵਾ ਉਹਨਾਂ ਨੂੰ ਪਰੇ ਲੈ ਵਾਲੀ ਫਿਰਦੀਆਂ ਜਿਹੜੀ ਗੱਲ ਕਰਦਾ ਮੈਂ ਨਾ ਵੀ ਭਾਜੀ ਗੱਲ ਹੀ ਕਰਨੀ ਵਾਲੀ ਨਹੀਂ ਕੋਈ ਕੇ ਕਮਾਲੋ ਭਾਈ ਜੀ ਕਮਾਲ ਇਹ ਤੋਕੜ ਗੱਬਣੇ ਵੀਰੇ ਦੀਆਂ ਇਹ ਤੋਕੜ ਗੱਬਣੇ ਆ ਹਾਂਜੀ ਠੀਕ ਹੈ ਭਾਈ ਜੀ ਇਹ ਕਿੰਨੇ ਮਹੀਨੇ ਦੀ ਚੈੱਕ ਪਾਸ ਹੈ ਭਾਜੀ ਇਹ 2.5 ਮਹੀਨੇ ਦੀ ਗੱਭਣੇ ਵੀਰੇ ਦੀ ਇਹ 2.5 ਮਹੀਨੇ ਦੀ ਚੈੱਕ ਪਾਸ ਹਾਂਜੀ ਜੀ ਤੇ ਦੁੱਧ 10 ਕਿਲੋ ਰੈਡੀ ਤਿਆਰ ਹਾਂਜੀ ਜੀ ਜੀ ਭਾਜੀ ਤੇ ਜੈਡ ਬਲੈਕ ਜਿਹਨੂੰ ਕਹਿ ਦਿੰਦੇ ਆ ਹਾਂਜੀ ਜੀ ਤੇ ਇਹਦੀ ਕੀਮਤ ਕਰੀਏ ਗੱਲ ਵੀਰੇ ਦਦਿਆਂ ਇਹ ਮੈਂ 1,00,000 ਰੁਪਏ ਦੀ ਦੇ ਦਾਂਗੇ ਵੀਰੇ ਦਦਿਆਂ 1,00,000 ਰੁਪਏ ਦੀ ਮਾਨ ਤਾਨ ਕੋਈ 2,000 ਜ਼ਿਆਦਾ ਨਹੀਂ ਹੋਣਾ 2,000 ਕੱਟ ਦੇ ਦਾਂਗੇ ਵੀਰੇ ਦਦਿਆਂ ਮੈਂ ਕਹਿੰਦਾ ਫਿਰ ਅੱਜ ਮੈਂ ਤੁਹਾਨੂੰ ਕਿਹਾ 5,000 ਹੀ ਜਾਣ ਦੋ ਅੱਜ ਚਲੋ ਕਹਿ ਤਾਂ ਦੇ ਦਾਂਗੇ 95,000 ਦੀਆਂ ਨੂੰ ਥੱਲੇ ਮੜਾ ਕੈਮਰਾ ਘੁਮਾ ਕੇ ਦਿਖਾਓ ਵੀਰੇ ਮੈਂ ਨਾ ਵੀ ਜਿਹਨੂੰ ਟੌਪ ਕਲਾਸ ਕਹਿ ਦਿੰਦੇ ਆ ਜਿਹੜੀ ਗੱਲ ਕਰਨ ਵਾਲੀ ਵੀਰੇ ਥਾਣ ਥੂਣ ਅਡਰ ਉਡ ਦੀ ਕੁਆਲਿਟੀ ਬਹੁਤ ਸੋਹਣੀ ਲੱਗੀ ਆ ਤੇ ਮੈਨੂੰ ਸਿੰਗੀ ਵੀ ਬਹੁਤ ਸੋਹਣੀ ਲੱਗੀ ਆ ਤੇ ਬਾਕੀ ਆ ਵੀ ਸੱਜਰਾਂਗੂ ਲੇਵਾ ਲਈ ਫਿਰਦੀ ਆ ਭਾਜੀ ਪਰਮਾਤਮਾ ਜੇ ਮਹੀਨੇ ਚੰਗੀ ਨੇ 18-20 ਕਿਲੋ ਦੁੱਧ ਕੱਢਿਆ ਤੋਪਰੀ 10 ਕਿਲੋ ਹੋਈ ਹਾਂਜੀ ਹਾਂਜੀ ਬਾਈ ਜੀ ਗੱਲ ਤੇ ਫਿਰ ਇੱਥੇ ਆ ਜਾਂਦੀ ਆ ਨਾ ਵੀ ਜੇ ਆਪਾਂ ਚੰਗੀ ਨੇ ਮੈਂ ਨੇ ਕੱਢਿਆ ਦੁੱਧ ਤੇ ਗਾੜੀ ਵੀ ਚੰਗੀਆਂ ਕੱਢਦੀਆਂ ਨੇ ਹੁਣ ਆ ਵੀਰੇ ਮੈਂ ਐਰਕਾ ਤੀਜੇ ਸੂਏ ਸੋਨਾ ਗਾੜੀ ਦਾ ਹਾਂਜੀ ਇਹ ਮੈਂ ਸਾਂਭੀ ਨਹੀਂ ਵੀਰੇ ਕਿੱਕੋ ਗਈ ਇਹ ਮੈਂ ਦੀ ਬਰੀਕੀ ਇੰਨੀ ਆ ਵੀ ਇਹ ਮੈਂ ਕੋ ਅੱਜ ਦੀ ਘੜੀ ਦੇ ਵਿੱਚ ਨਾ ਵੀਰੇ ਅੱਜ ਜਿਹੜਾ ਮਰਜ਼ੀ ਮੈਂ ਮਿਲ ਕੇ ਕਰ ਲੈ ਅੱਜ ਤੱਕ 11 ਕਿਲੋ ਦੁੱਧ ਆ ਪਰ ਇਹ ਮੈਂ 6 ਮਹੀਨੇ ਦੀ ਗੱਭਣੇ ਵੀਰੇ ਦਦੀਆਂ 6 ਮਹੀਨੇ ਚੈੱਕ ਪਾਸ ਕਰ ਲਈ ਮੈਂ ਦੀ ਸੇਵਾ ਨਹੀਂ ਹੋਈ ਪਰ ਮੈਂ ਜੇ ਕਰਤੂਤ ਇਹ ਨਹੀਂ ਕਿ ਵੀ ਅੱਜ 10 ਕਿਲੋ ਦੁੱਧ ਤੋਂ ਬਾਹਰ ਲਈ ਫਿਰਦੀ ਜਿਹੜੀ ਗੱਲ ਠੀਕ ਹੈ ਜੀ ਤੇ ਬਾਕੀ ਪਰਮਾਤਮਾ ਰੱਖੇ ਜਿੰਨੀਆਂ ਵੀ ਭਾਈ ਟੌਪ ਕਲਾਸੇ ਆ ਕੋਈ ਆ ਦੇਖੋ ਕੋਈ ਟੋਪੜ ਰਾਜੀ ਆ ਕੋਈ ਕਈ ਹਾਂਜੀ 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 ਗੱਲ ਭਾਜੀ ਫਿਰ ਸਾਂਭਦੀ ਹੋ ਜਾਂਦੀ ਆ ਨਾ ਬਾਲੀ ਚੰਗੀ ਜਿਹਨੂੰ ਚੰਗੀ ਜਿਹਨੂੰ ਚੰਗੀ ਕਹਿ ਦਿੰਦੇ ਆ ਇੱਕ ਵਾਰੀ ਥਣ ਚੱਡਾ ਆਪਾਂ ਬਹੁਤ ਵਧੀਆ ਦਿਖਾ ਦਿੰਦੇ ਆ ਕਮਾਲੋ ਭਾਈ ਜੀ ਕਮਾਲੋ ਤੇਰੀ ਥਣ ਥੁਣ ਅਡਰ ਉਡਰ ਦੀ ਕੁਆਲਿਟੀ ਬਹੁਤ ਸੋਹਣੀ ਲੱਗੀ ਆ ਮਿਲਕ ਪੁਆਇੰਟ ਜਿਹਨੂੰ ਕਹਿ ਦਿੰਦੇ ਆ ਇਹਨੂੰ ਵੀ 2 ਦਾ ਹੀ ਪੈਪ ਲੱਗਾ ਜੋ 2 ਦੀ ਮੋਟਰ ਬਾਕੀ ਪਰਮਾਤਮਾ ਰੱਖੇ ਵੀਰੇ ਮੈਂ ਇਹ ਮੈਂ 6 ਮਹੀਨੇ ਦੀ ਗੱਬੜੇ ਵੀਰੇ ਦੇ ਦਿਆਂ ਠੀਕ ਹੈ 6 ਮਹੀਨੇ ਦੀ ਗੱਬੜ ਹਾਂਜੀ ਜੀ ਇਹ ਆਪਾਂ ਦੇ ਦਾਂਗੇ ਵੀਰੇ 85,000 ਦੀ ਦੇ ਦਾਂਗੇ ਦੇ ਦਿਆਂ ਇਹ 85,000 ਦੀ ਹਾਂ 85,000 ਦੀ ਦੇ ਦਾਂਗੇ ਵੀਰੇ ਠੀਕ ਹੈ ਜੀ ਤੇ ਮਾਨ ਤਾਨ ਭਾਜੀ ਇਹ ਚੋਂ 2,000 ਦਾ ਕਰ ਦਾਂਗੇ ਵੀਰੇ ਦੇ ਦਿਆਂ ਚਲੋ ਇਹ ਚੋਂ ਮੇਰਾ ਵੀ ਜੀ 2,000 ਦਾ ਕਰਨ ਦਿਆ ਵਾ ਚਲੋ ਕੋਈ ਗੱਲ ਨਹੀਂ ਠੀਕ ਹੈ ਵੀਰੇ ਦੇ ਦਿਆਂ ਚਲੋ ਕੋਈ ਨਹੀਂ ਇਹ ਦੇ ਦਾਂਗੇ ਇਹ ਦੂਜੰਦਾ ਕੋਈ 82 ਦੀ ਦੇ ਦਾਂਗੇ 82 ਦੀ ਦੇ ਦਿਓ
ਗਾੜੀ ਵੀਰ ਆ ਗਈ ਇਹ ਸਾਡੇ 5 ਮਹੀਨੇ ਦੀ ਗੱਬਣ ਵੀਰੇ ਸਾਡੇ 5 ਮਹੀਨੇ ਦੀ ਚੈੱਕ ਪਾਸ ਗੱਬਣ ਆ ਗਈ 10 ਕਿਲੋ ਦੁੱਧ ਆ ਹਾਂਜੀ ਬਾਲੀ ਕੈਂਟੀਨ ਝੋਟੀ ਆ ਵੀਰੇ ਬਰੀਕ ਬਰੂਕ ਬੜੀਆ ਹੈ ਜੈਡ ਬਲੈਕ ਕਾਲੀ ਜਾਮੂ ਵਰਗੀ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ 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 ਵੀਰੇ ਤੇ ਪਰਮਾਤਮਾ ਸ਼ੁਕਰ ਕੇ ਲਿਵਾ ਹੈ ਕੁੜੀ ਵੇ ਲਈ ਫਿਰਦੀ ਐਚ ਐਫ ਗਾਈਆਂ ਕੋ ਵੀਰੇ ਲਈ ਫਿਰਦੀ ਹਾਂਜੀ ਹਾਂਜੀ ਬਾਈ ਜੀ ਬੋਲੇ ਬਾਈ ਮੜੀ ਜੀ ਮਾੜੇ ਜਿਹੇ ਨਾ ਕੈਮਰੇ ਤੋਂ ਡਰਦੇ ਪਸ਼ੂ ਮਾਲ ਥੋੜਾ ਭਾਈ ਨਿਕਲਿਆ ਘਟਿਆ ਥੋੜਾ ਕੈਮਰੇ ਤੋਂ ਡਰਦੇ ਆ ਮਾਲ ਜਿਹੜੀ ਗੱਲ ਕਰਨਾ ਹੈ ਇਹ ਕਰੀ ਆਪਾਂ ਐ ਮਿਲਕ ਪੁਆਇੰਟ ਚੱਡਾ ਚੁੜਾ ਉਡਰ ਦੀ ਕੁਆਲਿਟੀ ਐ ਦਿਖਾ ਦਿੰਦੇ ਤੁਹਾਨੂੰ ਜਿਹਨੂੰ ਵੀ ਕਹਿ ਦਿੰਦੇ ਵੀ ਤੋਹਫੇ ਹੀ ਕੱਢੇ ਅੱਜ ਭਾਜੀ ਨੇ ਮਤਲਬ ਜਿੰਨੇ ਵੀ ਆਪਣੇ ਕੋਲ ਭਾਈ ਮਿਲਣਗੇ ਫਾਰਮੀ ਦਾ ਟੌਪ ਕਲਾਸ ਹੀ ਮਿਲਣਗੇ ਟੌਪ ਕਲਾਸ ਹੀ ਜਿਹਨੂੰ ਕਹਿ ਦਿੰਦੇ ਆ ਹਾਂਜੀ ਹਾਂਜੀ ਬਿਲਕੁਲ ਬਾਕੀ ਥਣ ਦਾ ਆਰਡਰ ਉਡਰ ਬਹੁਤ ਸੋਹਣਾ ਭਾਈ ਮੈਂ ਨਾ ਵੀ ਕਮਾਲਾ ਹੀ ਨਹੀਂ ਗੱਲ ਹੀ ਨਹੀਂ ਕੋਈ ਗੱਲ ਕਰਨ ਵਾਲੀ ਕਿ ਅੱਜ ਜੀ ਹਾਂਜੀ ਹਾਂਜੀ ਇਹ ਭਾਈ 5.5 ਮਹੀਨੇ ਚ ਗੱਬਣ ਜਿਹੜੀ ਅੱਛਾ ਇਹ 5.5 ਮਹੀਨੇ ਦੀ ਚੈੱਕ ਪਾਸ ਗੱਬਣ ਪੰਜਾਂ ਤੋਂ ਤਾਂ ਹੀ ਆ ਠੀਕ ਹੈ ਜੀ ਤੇ ਇਹਦੀ ਮੁੱਲ ਦੀ ਵਾਲੀ ਗੱਲ ਕਰੀਏ ਭਾਈ ਇਹ ਇਹ ਦੇ ਦਾਂਗੇ ਭਾਈ ਦੂਜਾ ਦਾ ਇਹ ਵੀ ਲੱਖ ਦੀ ਦੇ ਦਾਂਗੇ ਫਿਰ ਜੀ ਇਹ ਚੋਂ ਮਾਨ ਦਾਣ ਜਗਦੀਪ ਜੀ ਕੋਈ 2000 ਰੁਪਇਆ ਕਰ ਦਾਂਗੇ ਜ਼ਿਆਦਾ ਨਹੀਂ ਵੀਰੇ ਜੇ ਜੇ ਸਾਹਿਬ ਨਾਲ ਲਈਆਂ ਨਾ ਵੀਰੇ ਜਿਹੜੇ ਆਪਾਂ ਮੈਂ ਦੇਣਾ 5 ਹੀ ਜਾਂਦੇ ਵਿੱਚੋਂ ਚਲੋ ਕਹਿਤਾ 95 ਦੀ ਦੇ ਦਾਂਗੇ ਵੀਰੇ ਤਾਂ ਧੱਕਾ ਪਰ ਝੋਟੀ ਵੀ ਬਾਹਰ ਨਹੀਂ ਧੱਕਾ ਨਹੀਂ ਆ ਚਲੋ ਫਿਰ ਵੀ ਸਾਡਾ ਮਾਨ ਥਾਨ ਸਹੀ ਦੇ ਦਾਂਗੇ 95 ਦੀ ਵੀਰੇ ਦੁਨੀਆ ਇਹ ਵੀਰੇ ਇਹ ਅੱਗੇ ਆ ਗਈ ਬਾਜੀ ਇਹ ਮੈਨੂੰ ਵੀਰੇ 1.5 ਮਹੀਨਾ ਹੋ ਗਿਆ ਬਣੀ ਨੂੰ 1.5 ਮਹੀਨਾ ਹੋ ਗਿਆ ਬਣੀ ਨੂੰ ਦੇਖੋ ਗੱਬਣ ਨਿਕਲੇ ਨਾ ਨਿਕਲੇ ਠੀਕ ਹੈ ਜਿਹਦੀ ਆਪਾਂ ਜਿਹੜੀ ਗੱਬਣ ਹੋਗੀ ਉਹਦੀ ਗੱਬਣ ਦੀ ਗਰੰਟੀ ਦੇਵਾਂਗੇ ਤੇ ਜਿਹੜੀ ਨਹੀਂ ਹੈ ਉਹਦੀ ਗਰੰਟੀ ਨਹੀਂ ਦੇ ਸਕਦੇ ਹਾਂਜੀ ਤੇ 1.5 ਮਹੀਨਾ ਹੋ ਗਿਆ ਤੇ ਝੋਟੀ ਬਾਹਲੀ ਚੰਗੀ ਵੀ ਆਪਣੇ ਕੋਲ ਵੇਖ ਕੇ ਗਈ ਆ ਤੇ ਅੱਛਾ ਜੀ ਬਾਅਦ ਕੋਈ ਝੋਟੀ ਦੀ ਬਾਹਲੀ ਚੰਗੀ ਹੈ ਮੈਂ ਨਾ ਜੈਡ ਬਲੈਕ ਜਿਹਨੂੰ ਕਹਿ ਦਿੰਦੇ ਹੈਗੇ ਤੇ ਇਹ ਵੀਰੇ 70,000 ਦੀ ਦੇ ਦਾਂਗੇ ਯੈਸ ਨੋ ਹੀ ਹਾਂ ਇਹ 70,000 ਦੀ ਦੇ ਦਾਂਗੇ ਨੇਰੇ 70 ਦੀ ਵੀ ਦੇ ਦਾਂਗੇ ਤੇ ਕੀ ਮਾਨ ਦਾਣੇ ਚ ਭਾਜੀ ਇਹਦੇ ਵਿੱਚ ਜਾਇਜ਼ ਵੀ ਮੁੱਲ ਪਹਿਲਾਂ ਹੀ ਜਾਇਜ਼ ਕੀਤਾ ਜੇ ਜਿਹੜੀ ਗੱਲ ਕਰਨ ਵਾਲੀ ਆ ਦੁੱਧ ਵੀਰੇ 9.5 ਕਿਲੋ ਦੁੱਧ ਹੁਣ ਵੀ ਤਿਆਰ ਹੈ ਝੋਟੀ ਕੋ ਜਿਹੜੀ ਗੱਲ ਕਰਨ ਠੀਕ ਹੈ ਜੀ ਪਰ ਆਪਾਂ ਜਾਇਜ਼ ਰੇਟ ਦੱਸਿਆ ਜਿੰਨੇ ਦੀ ਦੇਈ ਦੇਣੀ ਹੈ ਫਿਰ ਜਿੰਨੇ ਦੀ ਦੇ ਦੇਣੀ ਹੈਗੇ 70,000 ਦੀ ਦੇ ਦਾਂਗੇ ਚਲੋ ਕੋਈ ਨਹੀਂ 1,000-2,000 ਰੁਪਇਆ ਕਰ ਦਾਂਗੇ ਮਾਨ ਦਾਣੇ ਕੋਈ ਨਹੀਂ ਜੇ ਕਹਿ ਤਾ ਕੋਈ ਨਹੀਂ ਜਦੋਂ ਕੋਈ ਵੀਰ ਭਰਾ ਦਾ ਆਊਗਾ ਫੋਨ ਕੋਈ ਨਹੀਂ ਕਰ ਲਾਂਗੇ ਖਾਲੀ ਕਰਕੇ ਦੇਵਾਂਗੇ ਹਾਂਜੀ ਆ ਮੈਂ 5.5 ਮਹੀਨੇ ਦੀ ਗੱਬਣ ਵੀਰੇ ਚੈੱਕ ਪਾਸ ਆ ਝੋਟੀ ਵੀਰੇ ਦੂਜਿਆਂ ਦਾ ਜਿਹੜੇ ਮੈਂ ਤੀਜੇ ਸੂਹੇ ਸੂ ਗਈ ਇਹਦੇ ਕੋਲ ਇਹ 6 ਮਹੀਨੇ ਦੀ ਗੱਬਣ ਵੀਰੇ ਹਾਂਜੀ ਇਹ ਮੈਂ ਮਤਲਬ ਦੂਹ ਤੋਂ ਤਾਂ ਗੱਬਣ ਹੈ ਜਿਹੜੀ ਗੱਲ ਕਰਨ ਵਾਲੀ ਇਹ ਵੀ ਗੱਬਣ ਇਹ ਵੀ ਗੱਬਣ ਕਰਕੇ ਦੇਣੀ ਹੈ ਤੇ ਆ ਵੀ ਝੋਟੀ ਭਾਈ ਗੱਬਣ ਜਿਹੜੀ ਗੱਲ ਕਰਨਾ ਇਹ ਵੀ ਗੱਬਣ ਕਰਕੇ ਦੇਣੀ ਤੇ ਬੂਰੀ ਭਾਈ 1.5 ਮਹੀਨਾ ਹੋ ਗਿਆ ਬਣੀ ਨੂੰ ਭਾਈ ਅੱਛਾ ਜੀ ਆਪਾਂ ਗਰੰਟੀ ਨਹੀਂ ਦੇ ਸਕਦੇ 100% ਮੈਂ ਗੱਬਣ ਨਿਕਲੇਗੀ ਜਿਹੜੀ ਗੱਲ ਅੱਛਾ ਵੀ ਇਹਦੀ ਗਰੰਟੀ ਨਹੀਂ ਹੈ 100% ਗੱਬਣ ਨਿਕਲੇਗੀ ਬਾਜੀ ਠੀਕ ਹੈ ਜੀ ਬਾਕੀ ਫੋਨ ਨੰਬਰ ਆਪਣਾ ਕਰੈਕਟਰ ਵੀਰ ਜੀ 9876615127 ਜੇ ਹਾਂਜੀ ਸ਼ੁਭ ਨਾਮ ਜਗਦੀਪ ਸਿੰਘ ਜੇ ਜ਼ਿਲ੍ਹਾ ਗੁਰਦਾਸਪੁਰ ਨੇੜੇ ਫਤਿਹਗੜ੍ਹ ਚੂੜੀਆਂ ਪਿੰਡ ਡੋਗਰ ਜੀ ਵੀਰ ਜੀ ਠੀਕ ਹੈ ਅੰਮ੍ਰਿਤਸਰ ਵੀ ਸਾਨੂੰ ਇੱਥੋਂ ਮਤਲਬ ਵੀ ਮਤਲਬ 30-32 ਕਿਲੋਮੀਟਰ ਪੈਂਦਾ ਠੀਕ ਹੈ ਕਿ ਭਾਈ ਆਪਣਾ ਬਟਾਲਾ ਪੈ ਜਾਂਦਾ ਜਿਹੜੀ ਗੱਲ ਕਰਨੀ ਹੈ ਤੇ ਆਪਾਂ ਗੱਲ ਕਰ ਲਈਏ ਜਗਦੀਪ ਜੀ ਵੀ ਆਪਾਂ ਨਾ ਨੰਬਰ 2 ਲਾਉਣੇ ਜੋ ਹਾਂ ਨੰਬਰ 2 ਲਾਵਾਂਗੇ ਭਾਈ ਗੱਲ ਤਾਂ ਕੀ ਹੈ ਵੀ ਕਈ ਵਾਰੀ ਭਾਈ ਥੋੜਾ ਜਿਹਾ ਮਤਲਬ ਗਾਹਕ ਹਾਂਜੀ ਹਾਂਜੀ ਗਾਹਕ ਦਾ ਕੇਲੇ ਫੋਨ ਫਾਨ ਵਾਵਾ ਹੀ ਆਉਂਦੇ ਆ ਫਿਰ ਇਹ ਕਰਕੇ ਦਿੱਕਤ ਹੁੰਦੀ ਹੈ ਫਿਰ ਸਾਰੇ ਵੀਰ ਭਰਾ ਕਹਿ ਦਿੰਦੇ ਆਗੇ ਵੀ ਥੋੜੀ ਜਿਹੀ ਖੇਚਲ ਹੋ ਜਾਂਦੀ ਹੈ ਤੇ ਨੰਬਰ 2 ਦਿਆ ਕਰੋ ਭਾਈ ਸਾਡੇ ਕੋਲ ਅੱਜ ਮਤਲਬ ਵੀ ਹੀਰੇ 24 ਘੰਟੇ ਮਤਲਬ ਵੀ ਵਾਈ ਵਾਈ ਕਿਲੋ ਵਜੇ ਨੇ ਕੱਲ ਪਰਸੋਂ ਫਿਰ ਤਾਜ਼ੀਆਂ ਦੀ ਫੋਟੋ ਪਾਵਾਂਗੇ ਹਾਂਜੀ ਹਾਂਜੀ ਤਾਜ਼ੀਆਂ ਦੀ ਕੱਲ ਨੂੰ ਪਾਵਾਂਗੇ ਤੇ ਅੱਜ ਰਾਤ ਨੂੰ ਹੋਰ ਇੱਕ ਟਰੱਕ ਆਈ ਜਾਂਦਾ ਤਾਜ਼ੀਆਂ ਦਾ ਦੁਨੀਆ ਠੀਕ ਹੈ ਭਾਈ ਜੀ ਕਿ 24 ਘੰਟੇ ਡੇਰੇ ਦੇ ਕੇ ਰੌਣਕਾਂ ਲੱਗੀਆਂ ਰਹਿਣਗੀਆਂ ਕਿ ਵੀਰੇ ਮਤਲਬ ਵੀ ਆਪਣੇ ਮਨ ਚ ਇਹੋ ਜਿਹਾ ਵੀ 20 ਮਈਆਂ ਦਾ ਕੁੰਡਾ 24 ਘੰਟੇ ਫੁੱਲ ਰਹਿੰਦਾ ਹਾਂਜੀ ਹਾਂਜੀ ਗੱਲ ਕਰਨ ਵਾਲੀ ਦੁਨੀਆ ਬਾਈ ਜੀ ਭਲਾ ਗੱਲ ਕੀ ਕਰ ਲਈਏ ਵੀ ਆਪਾਂ ਕਰ ਲਈਏ ਨਾ ਗੱਲ ਵੀ
ਇੱਕ ਤੇ ਰੇਟ ਦੀ ਹੁੰਦਾ ਵਾ, ਵੇਖੋ ਕਈ ਵੱਡੇ ਬੰਦੇ ਵੀ ਲੈਣ ਵਾਲੇ ਹੁੰਦੇ ਆ, ਕਈ ਮਾਤੜ ਵਿਚਾਰੇ ਵੀ ਹੁੰਦੇ ਆ। ਭਾਈ ਵੇਖੋ ਸਵਾ ਦੀ ਵੀ ਮੈਂ ਤਾਜ਼ੀ ਮਿਲ ਸਕਦੀ, ਦੂੜ ਦੀ ਪੁਣਾ ਦਾ ਮਈਆਂ ਭਾਈ ਜਿੱਦਾਂ ਹਾਂਜੀ, ਮਤਲਬ ਕੋਈ ਢਾਈ ਦੀ ਗਈ, ਕੋਈ ਤਿੰਨ ਦੀ ਵੀ ਗਈ ਆ। ਹਾਂਜੀ ਹਾਂਜੀ, ਅੱਜ ਦੀ ਮਈਆਂ ਭਾਈ ਵੇਖੋ ਜੇ ਅੱਜ ਤੋਕੜ ਦੀ ਗੱਲ ਕਰਦੇ ਆ, ਹਾਂਜੀ ਸਾਡੀ ਮਈਆਂ ਥੱਲੇ 10-11 ਕਿਲੋ ਦੁੱਧ ਹੈ ਭਾਈ, ਉਹਨੇ 20 ਕਿਲੋ ਖੜਾ ਕਰਕੇ ਉਹਨੇ 20 ਕਿਲੋ ਕੱਢ ਕੇ ਆਈ ਹੁੰਦੀ ਆ ਭਾਜੀ, ਜਿਹੜੀ ਜਿਹੜੀ ਥੱਲੇ ਭਾਈ 6-7 ਕਿਲੋ ਦੁੱਧ ਆ, ਉਹ ਸਾਨੂੰ 11-12 ਕਿਲੋ, 11-12 ਕਿਲੋ ਵਾਲੀ ਹੈ ਜਿਹੜੀ ਗੱਲ ਕਰਨ ਵਾਲੀ। ਹਾਂਜੀ ਹਾਂਜੀ, ਸਾਰਿਆਂ ਭੈਣ ਭਰਾਵਾਂ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।